पहलवान अजय गुजर विरुद्ध पहलवान राजू रेवा बिल्कुल क्लियर कर सकते हैं ਮਿਰਜ਼ਾ ਪਹਿਲਵਾਨ ਜੀ ਦੇ 360 ਬਣਾਦੇ ਇੱਥੇ ਫੋਟੋ ਕਰਾ ਦੇ ਆਪਾਂ ਗੁਰਮੀਤ ਪਹਿਲਵਾਨ ਜੀ ਤੁਸੀਂ ਘੁੰਮਦੇ ਇੱਧਰ ਪਾਸੇ ਫੋਨ ਲਾਏ ਵਾਲੇ ਕੈਮਰੇ ਤੋਂ ਮਿਰਜ਼ਾ ਪਹਿਲਵਾਨ ਜੀ ਨਾਲ ਇੱਥੇ ਆ ਜਾਓ ਨਾਲ ਹੀ ਪਹਿਲਵਾਨ ਪਹਿਲਵਾਨ ਪ੍ਰਿੰਸ ਪਹਿਲਵਾਨ ਪਹਾੜੀ ਬੜੀ ਵਧੀਆ ਕੁਸ਼ਤੀਆ ਰਾਜੂ ਤੇ ਪਹਿਲਵਾਨ ਆਵੇ ਬਾਰ ਤੋਂ ਦਰਮਿਆਨ ਸਮੇਂ ਦੀਆਂ ਬਾਤਾਂ ਗੌਰ ਜਪਦਾ ਗੌਰ ਫਿਰਦਾ ਕਹਿੰਦਾ ਮਿਹਨਤਾਂ ਦੇ ਉੱਤੇ ਪੂਰਾ ਜ਼ੋਰ ਦੇਣਾ ਪੈਂਦਾ ਹੱਥ ਮੰਜ਼ਲਾਂ ਦੇ ਸਿਰਿਆਂ ਤੇ ਲੜਦਾ ਔਰ ਰੱਬ ਕਦੇ ਕਰੇ ਨਾ ਕਿ ਰੋਟੀ ਨਹੀਂ ਆ ਦਿੰਦਾ ਮਿਰਜ਼ਾ ਪਹਿਲਵਾਨ ਜੀ ਪ੍ਰਿੰਸ ਪਹਿਲਵਾਨ ਜੀ ਇੱਥੇ ਆ ਜਾਓ ਸੰਦੀਪ ਭਾਜੀ ਨੂੰ ਬੇਨਤੀ ਹੈ ਕਿ ਫੋਟੋ ਕਰਾ ਲਓ ਆਸ ਕੁਸ਼ਤੀ ਦਾ ਫਾਈਨਲ ਨਾਲ ਸੰਦੀਪ ਰਾਜਾ ਦੀ ਤਸਵੀਰ ਕਰਾਈਏ ਭਾਈ ਬਾਰੇ ਭਾਜੀ ਸੰਦੀਪ ਭਾਜੀ ਇੱਥੇ ਫੋਟੋ ਬਡਾਲਾ ਸਾਹਿਬ ਆ ਜਾਓ ਪਲੀਜ਼ ਬਡਾਲਾ ਸਾਹਿਬ ਨੂੰ ਮੈਂ ਰਿਕੁਐਸਟ ਕਰਾਂਗਾ ਪਲੀਜ਼ ਸਰਦਾਰ ਬਾਬਾ ਪ੍ਰਤਾਪ ਸਿੰਘ ਬਡਾਲਾ ਸਾਹਿਬ ਪਲੀਜ਼ ਖੜੇ ਦੇ ਵਿੱਚ ਆਓ ਸਰਦਾਰ ਬਾਬਾ ਪ੍ਰਤਾਪ ਸਿੰਘ ਬਡਾਲਾ ਸਾਹਿਬ ਪਲੀਜ਼ ਕੁਸ਼ਤੀ ਬੜੀ ਪਿਆਰੀ ਆ ਮੈਂ ਨਾਮ ਦੇ ਨੰਬਰਦਾਰ ਪਹਿਲਵਾਨ ਆਵੇ ਮਾਰਦੇ ਨੀਲੇ ਰੰਗ ਦੇ ਲਪੇਟੇ ਦੇ ਵਿੱਚ ਬਿਲਕੁਲ ਦਿੱਲੀ ਦੇ ਲਾਗੇ ਮੋਢਾ ਦੇ ਲਾਗੇ ਨੱਗਰ ਅਲੱਗ ਪਾਸੇ ਸੁਣਾ ਜਾਂਦਾ ਪਰ ਦੂਸਰੇ ਪਾਸੇ ਰਾਜੂ ਹੈ ਕੈਥੇ ਦੇ ਲਾਗੇ ਲਾਗੇ ਡੱਗ ਦੇ ਪੱਟੀ ਅਫਗਾਨ ਅਖਾੜਾ ਕਹਿੰਦੇ ਰਾਈਏ ਵਾਲਾ ਹਰੀ ਪਰਵਨ ਦੀ ਰਾਈਏ ਵਾਲਾ ਉਹਨਾਂ ਦਾ ਸ਼ਿਖਰ ਸਾਹਿਬ ਆ ਗਿਆ ਬੜੀ ਵਧੀਆ ਕੁਸ਼ਤੀ ਆ ਬਡਾਲਾ ਸਾਹਿਬ ਨੂੰ ਬੇਨਤੀ ਆ ਇਹਨਾਂ ਦੇ ਗੁਰੂ ਨੂੰ ਕਿ ਇੱਕ ਫੋਟੋ ਫਾਈਨਲ ਕੁਸ਼ਤੀ ਦੇ ਨਾਲ ਕਰਵਾ ਲੈਣਗੇ ਇਹ ਗੱਲ ਦੱਸੋ ਇੱਕ ਯਾਦਗਾਰ ਤਸਵੀਰ ਕਰਾਉਣਗੇ ਬੜੀ ਵਧੀਆ ਕੁਸ਼ਤੀ ਨੌਜਵਾਨ ਨੰਬਰ ਵਨ ਆ ਦੇਖੋ ਕੌਣ ਜੀ ਮੁੰਡਾ ਕੌਣ ਖੜਦਾ ਹੈ ਕਹਿੰਦਾ ਸੋਹਣੀ ਖੇਡ ਦੇ ਮਾਲਕ ਖੇਡ ਦੇ ਬੱਚਨ ਵੀ ਵਿਖਾਉਂਦੇ ਨੇ ਉਹ ਸੈਂਕੜੇ ਨੇ ਹਜ਼ਾਰਾਂ ਦਿਲਾਂ ਵਿੱਚ ਡੇਰੇ ਲਾਉਂਦੇ ਨੇ ਮੈਦਾਨ ਚ ਖੇਡਣਾ ਸੰਦਲੀ ਪੈੜਾ ਪਾ ਜਾਂਦੇ ਉਹ ਜਿੰਦ ਸਵਾਰਿਆ ਮਾਂ ਪਿਓ ਪਿੰਡ ਦਾ ਨਾਂ ਚਮਕਾ ਦਿੰਦੇ ਕਿ ਜਿੰਦ ਸਵਾਰਿਆ ਮਾਂ ਪਿਓ ਪਿੰਡ ਦਾ ਨਾਂ ਚਮਕਾ ਜਾਂਦੇ ਵੇਖ ਮੈਦਾਨ ਵਿੱਚ ਚੱਲਦੀ ਹੈ ਕੁਸ਼ਤੀ ਇਹਨਾਂ ਪਹਿਲਵਾਨਾਂ ਦਰਮਿਆਨ ਕਹਿੰਦਾ ਜੇਤੂਆਂ ਦੇ ਸਿਰਾਂ ਤੇ ਤਾਜ ਸਜਦੇ ਇਹ ਹਾਰਿਆਂ ਦੇ ਪੈਰਾਂ ਵਿੱਚ ਬੇੜੀਆਂ ਅਣਖਾਂ ਦਾ ਖੂਨ ਸਦਾ ਮਾਰਦਾ ਉਬਾਰੇ ਚੰਗਾ ਚਿੱਤਣੀਆਂ ਦੱਸ ਕੇ ਮਸੜੀਆਂ
ਅਸੀਂ ਪਹਿਲੇ ਪਾਸੇ ਸਿੱਧੀ ਭਾਜੀ ਫੋਟੋ ਕਰਾ ਲਿਓ। ਵਾਹ ਵਾਹ, ਇੱਕ ਯਾਦਗਾਰੀ ਤਸਵੀਰ ਸਾਡੇ ਇਸ ਇਲਾਕੇ ਦਾ ਮਾਨ ਸਨਮਾਨ ਗੁਰੂ ਪ੍ਰਤਾਪ ਸਿੰਘ ਜੀ ਬਰਾਲਾ ਸਾਹਿਬ ਬਾਕੀ ਸਾਰਾ ਵੀਰ ਖਾੜਾ ਕਲੀਅਰ ਕਰਦੇ, ਸਾਰੇ ਵੀਰ ਬੋਲਦਾ ਪਹਿਲਾਂ ਤਾਂ ਖਾੜਾ ਕਲੀਅਰ ਕਰਾ ਲਈਏ, ਲੈ ਵੀ ਖਾੜਾ ਵੀਰ ਤੋਂ ਕਲੀਅਰ ਕਰਾ ਲਈਏ। ਜਿਹੜੀ ਅਗਲੀ ਕਸ਼ਤੀ ਪ੍ਰਿੰਸ ਕਹਾਰੀ, ਪ੍ਰਿੰਸ ਕਹਾਰੀ ਆਪਣੇ ਬਾਈ ਕਲੀਅਰ ਖਾੜਾ ਕਰਦੇ ਬੰਦੇ ਜਿਹੜੇ ਵੀ ਰਿਸ਼ਤੇ ਦੇ ਮੋਹਰੇ ਆ। ਇਹ ਕੁਸ਼ਤੀ ਵੀ 3 ਲੱਖ ਰੁਪਇਆ ਪਹਿਲਵਾਨ ਮਿਰਜ਼ਾ ਰਾਣਾ ਅਟਕਲ ਕਰੇ ਜੀ। ਮਿਰਜ਼ਾ ਇਹਦਾ ਤੇ ਪ੍ਰਿੰਸ ਪਹਿਲਵਾਨ ਕੁਹਾਲੀ ਇਹ ਕੁਸ਼ਤੀ ਪਹਿਲਾਂ ਪਹਿਲਵਾਨ ਮਿਰਜ਼ੇ ਦੀ ਪ੍ਰਵੀਨ ਦੇ ਨਾਲ ਬੰਦੀ ਸੀਗੀ, ਪਰ ਪ੍ਰਵੀਨ ਦੀ ਜਿਹੜੀ ਐਨਰਜੀ ਹੈਗੀ ਆ ਮਤਲਬ ਬਿਮਾਰ ਹੋ ਗਿਆ, ਇਸ ਕਰਕੇ ਕੁਸ਼ਤੀ ਚੇਂਜ ਹੋਈ ਹੈ। ਔਰ ਰਾਜੇ ਦੀ ਕੁਸ਼ਤੀ ਮੇਜਰ ਦੇ ਨਾਲ ਸੀ, ਮੇਜਰ ਵੀ ਥੋੜਾ ਬਿਮਾਰ ਹੋ ਗਿਆ ਕੁਸ਼ਤੀ ਦੇ ਪਹਿਲਾਂ, ਇਸ ਕਰਕੇ ਇਹਨੇ ਸਾਰੀਆਂ ਕੁਸ਼ਤੀਆਂ ਕੈਂਸਲ ਕਰੀਆਂ ਤਕਰੀਬਨ 2-3 ਮਹੀਨੇ ਦੇ ਲਈ। ਗੱਲ ਕਰਿਆ ਸੀ ਪੱਗ
ਬਸ ਸਟੈਂਡ ਦੇ ਕਹਿੰਦਾ ਬਾਗੇ ਦੀ ਸਰਹੱਦ ਸਨੀ ਭਾਈ ਕਹਿੰਦਾ ਬਾਗੇ ਦੀ ਸਰਹੱਦ ਤੈਨੂੰ ਪੱਤੀ ਨਾ ਲੱਗੇ ਤੇਰੇ ਦੋਨੇ ਪਾਸੇ ਉੱਧਰ ਫਲ ਗੁਲਾਬ ਦੇ ਉਹ ਉੱਧਰ ਵੀ ਵਸਦੇ ਨੇ ਤੇ ਉੱਧਰ ਵੀ ਵਸਦੇ ਨੇ ਤੇਰੇ ਦੋਨੇ ਪਾਸੇ ਵਸਦੇ ਨੇ ਪੱਤ ਪੰਜਾਬ ਦੇ ਤੇਰੇ ਦੋਨੇ ਪਾਸੇ ਵਸਦੇ ਨੇ ਪੱਤ ਪੰਜਾਬ ਦੇ ਦੋਨੇ ਪਾਸੇ ਵਸਦੇ ਨੇ ਪੱਤ ਪੰਜਾਬ ਦੇ ਪ੍ਰਿੰਸ ਪਹਾੜੀ ਕਾਂਝੇ ਦੇ ਵਿੱਚ ਪਿੰਡ ਹੈ ਬੰਦਾ ਔਰ ਮਿਰਜ਼ਾ ਐਲਾਨ ਅਖਾੜਾ ਮੁੱਲਾ ਪਰ ਰਾਹ ਗਰੀਬ ਦਾ ਨਹੀਂ ਹੈ ਰਿਸ਼ਤਾ ਦਾ ਬਣਨ ਨਹੀਂ ਹੈ ਬਹੁਤ ਵਧੀਆ ਮੁਕਾਬਲਾ ਐਸੇ ਨੇ ਤੇ ਕੁਸ਼ਤੀ ਦਾ ਦੇਖੋ ਦੌੜ ਦੇ ਬੰਦਾ ਕੌਣ ਫੜਦਾ ਹੈ ਕਹਿੰਦਾ ਚੱਕੀ ਦੀਆਂ ਪੜਾਂ ਵਾਂਗੂ ਚੋੜੀਆਂ ਨੇ ਛੱਡੀਆਂ ਇਹ ਪਾ ਕੇ ਲੰਮੇ ਤੇ ਨੰਦ ਮਾਰਦੇ ਨੇ ਛੱਡੀਆਂ ਨਾ ਮੇਰੇ ਰੱਬ ਦਾ ਪੜਿਆ ਕੇ ਸਿਰ ਉਸਤਾਦ ਨੂੰ ਝੁਕਾ ਕੇ ਆਉਂਦੇ ਨੇ ਅਖਾੜੇ ਵਿੱਚ ਨੱਚਦਾ ਤੇ ਸਾਲਾ ਮਾਰਦੇ ਚਾਰ ਮੰਗ ਕੱਟੀ ਦੇ ਮੈਦਾਨ ਦੇ ਵਿੱਚ ਹੈ ਚੱਕੇ ਯਾਦ ਕਰਦੇ ਆ ਪਰ ਚਿੱਤ ਹਾਰ ਕੇ ਇਸ ਮਾਲਕ ਦੇ ਹੱਥ ਵਿੱਚ ਹੈ ਸਮੇਂ ਦੀਆਂ ਮਾਤਾ ਕੌਣ ਜਿੰਦਾ ਪਿਆ ਹਰਦਾ ਇੱਕ ਨੰਬਰ ਹੈ ਸਮਾ ਲੈ ਮੱਟੀ ਸਾਹਿਬ ਪ੍ਰਧਾਨ ਲੈ ਸਾਰਾ ਮਿਆਰ ਦੇ ਰਿਹਾ ਹੈ ਕੁਛ ਨੀ ਇੱਕ ਮਿੰਟ ਸਿੱਧੂ ਬਲੀ ਇੱਕ ਨੰਬਰ ਮਿਹਰਬਾਨੀ ਆ ਮਾੜਾ ਵਿਅਕਤੀ ਨੂੰ ਖੜੇ ਗਏ ਸਿੰਦਰ ਬਾਜੀ ਆ ਜੇ ਲੈ ਦਰਸ਼ਕੋ ਇੱਕ ਵਾਰ ਗਾਰੇ ਵੀਰੋ ਲਈ ਇਹ ਤਾੜੀਆਂ ਮਾਰੇ ਨਾ ਨਾ ਕੁਸ਼ਤੀ ਨੂੰ ਮਿਲਦਾ ਬਹੁਤ ਬਹੁਤ ਧੰਨਵਾਦ ਹੈ ਇਹ ਉਹ ਇਨਸਾਨ ਹੈ ਕਿਹਦੇ ਵੀ ਚਾਹੇ ਅੱਧੀ ਰਾਤ ਨੂੰ ਛੱਡ ਲਈਏ ਬਾਕੀ ਇਸ ਵੀ ਤੇ ਵੱਡਾ ਮਾਣ ਹੈ ਔਰ ਭਰਾਵਾਂ ਵਰਗਾ ਪਿਆਰ ਹੈ ਸਾਡੇ ਸਤਿੰਦਰ ਭਾਜੀ ਨੇ ਰਾਜੀ ਵੀ ਹੋਣ ਦਾ ਸਾਡੇ ਬਹੁਤੀ ਸਾਡੀ ਟੱਕਰ ਸਾਹਿਬ ਸਾਡੇ ਆਰਗੇਸਟ ਕਰਨੀ ਉਹਨਾਂ ਦਾ ਵੀ ਵਿਸ਼ੇਸ਼ ਦਾ ਧੰਨਵਾਦ ਹੈ ਜਿਹਨਾਂ ਵੱਲੋਂ ਜਿਹੜੀਆਂ ਕੁਲਫੀਆਂ ਦਾ ਲੰਗਰ ਹੈ ਇਹਨਾਂ ਵੱਲੋਂ ਚੱਲਦਾ ਇੱਕ ਵਾਰ ਨਹੀਂ ਸੰਗਤ ਕਿਸੇ ਸ਼ਹਿਰ ਨੇ ਕਿਸੇ ਵਿਦਵਾਨ ਨੇ ਲਿਖਿਆ ਜਿਹੜਾ ਕਿਸੇ ਦੇ ਮਾਨਸਮਾਂ ਲਈ ਤਾੜੀ ਨਹੀਂ ਮਾਰਦਾ ਹੈ ਕਹਿੰਦੇ ਪੂਰੀ ਜ਼ਿੰਦਗੀ ਦੇ ਮਾਨਸਮਾਂ ਲਈ ਤਾੜੀ ਨਹੀਂ ਮਾਰਦੀ ਇੱਕ ਵਾਰ ਚੋਰ ਦਾ ਤਾੜੀ ਪ੍ਰਬੰਧਕਾਂ ਲਈ ਲਾਓ ਖਿੱਚ ਕੇ ਪਤਾ ਲੱਗੇ ਵੀ ਨਕੋਦਰ ਦੀ ਧਰਤੀ ਦੇ ਅੰਦਰ ਕੌਣ ਕਰਾਰ ਹੈ ਪਿਛਲੇ ਸਾਲ ਉਹਨਾਂ ਦੇ ਕਰਕੇ ਬੰਦੇ ਹਾਸਲ ਵੀ ਹੋਇਆ ਸੀਗਾ ਪੋਸਟਮਾਰਟ ਵੀ ਹੋਇਆ ਸੀਗਾ ਪਰ ਵੱਡਾ ਪ੍ਰਭਾਵ ਕਰ ਰਿਹਾ ਇਸ ਪਰਿਵਾਰ ਦਾ ਸਾਡੇ ਸੰਦੀਪ ਭਾਜੀ ਐਡਵੋਕੇਟ ਗੌਰਵ ਨਾਗਰਾ ਜੀ ਔਰ ਉਹਨਾਂ ਦੇ ਸਵਰਗਾ ਪਿਤਾ ਜੀ ਜਿਹਨਾਂ ਨੇ ਦੱਸੇ ਹੋਏ ਕਦਮਾਂ ਤੇ ਸਾਡੇ ਗੌਰਵ ਭਾਜੀ ਨੂੰ ਚੱਲ ਰਿਹਾ ਔਰ ਹਮੇਸ਼ਾ ਲੋਕ ਭਲਾਈ ਦੇ ਕਾਰਜ ਕਰਦੇ ਰਹਿੰਦੇ ਆ ਮੈਂ ਵੱਡਾ ਧੰਨਵਾਦ ਕਰ ਰਿਹਾ ਇਸ ਪਰਿਵਾਰ ਦਾ ਵੀ ਸਾਡੇ ਵੱਲੋਂ ਪਹਿਲਵਾਨ ਵੀਰਾਂ ਵੱਲੋਂ ਇੱਕ ਸੱਚੀ ਸ਼ਰਧਾਂਜਲੀ ਵੀ ਇਸ ਪਰਿਵਾਰ ਨੂੰ ਇਹਨਾਂ ਦੇ ਪਿਤਾ ਜੀ ਨੂੰ ਜੀ ਜੀ ਸਾਡਾ ਭਰਾ ਗੌਰਵ ਗੌਰਵ ਇੱਕ ਤਾੜੀ ਲਾ ਦੇ ਗੌਰਵ ਨਾਗਰਾਜ ਲਈ ਸੰਦੀਪ ਜੀ ਲਈ ਇਹ ਜਿਹੜੇ ਇਹ ਭਰਾ ਇਹਨਾਂ ਨੇ ਯਾਰੀਆਂ ਗੱਡੀਆਂ ਸੰਗਤ ਜੀ ਮੈਂ ਗੱਲ ਸੱਚੀ ਕਹਿ ਰਿਹਾ ਗੱਲ ਆਨ ਰਿਕਾਰਡ ਆ ਲਾਈਵ ਚੱਲਦਾ ਪਿਆ ਗੌਰਵ ਵੀਰੇ ਨੇ ਸੰਦੀਪ ਵੀਰੇ ਨੇ ਇਹਨਾਂ ਦੀ ਟੀਮ ਨੇ ਯਾਰੀਆਂ ਖੱਟੀਆਂ ਜਿਹੜੇ ਬੰਦੇ ਨੇ ਵੀ ਨਕੋਦੇ ਜਾ ਕੇ ਧੱਕਾ ਕੀਤਾ ਤੇ ਬਾਈ ਨੇ ਕਹਿੰਦੇ ਧੱਕਾ ਸਹਿਣ ਨਹੀਂ ਦਿੱਤਾ ਕਹਿੰਦਾ ਬਾਈ ਏਦਾਂ ਨੀ ਗੱਲ ਕਰਦੀ ਜਿੰਨਾ ਚਿਰ ਗੌਰਵ ਨਾਗਰਾਜ ਬੈਠਾ ਵਾਹ ਜੀ ਵਾਹ ਸਾਡੇ ਦਰਮਿਆਨ ਸਾਡੇ ਦਾਤਾ ਜੀ ਸਾਡੇ ਸਤਿਗੁਰੂ ਹਰਹੀਨ ਪਹਿਲੀ ਧਰਤੀ ਤੋਂ ਸਾਡੇ ਬਾਬਾ ਜੀ ਪ੍ਰਗਟਨਾਥ ਮਹਾਰਾਜ ਜੀ ਸਾਡੇ ਵਿਚਕਾਰ ਪਹੁੰਚੇ ਆ ਮੈਂ ਦਿਲ ਦੀਆਂ ਗਹਿਰਾਈਆਂ ਦੇ ਜੀਵਨ ਰੱਖਦਾ ਸਾਡੇ ਬਾਬਾ ਜੀ ਸਾਡੇ ਪ੍ਰਗਟਨਾਥ ਮਹਾਰਾਜ ਜੀ ਹਰਹੀਨ ਪਹਿਲੀ ਧਰਤੀ ਤੋਂ ਸਾਡੇ ਵਿਚਕਾਰ ਪਹੁੰਚੇ ਆ ਬਾਬਾ ਜੀ ਦਾ ਮੈਂ ਸਵਾਗਤ ਕਰਦਾ ਬਾਬਾ ਜੀ ਦਿਲ ਦੀਆਂ
ਕਰਾਂਗੇ ਜੀ ਜੀਏ ਨੂੰ ਤੁਹਾਡਾ ਜਿਹਨਾਂ ਦਾ ਮੈਂ ਦਿਲ ਦੇ ਕਹਿਣਗੇ ਜੀ ਧੰਨਵਾਦ ਕਰਦਾ ਸਾਡੇ ਸਤਿਕਾਰਯੋਗ ਬਾਬਾ ਜੀ ਕਰਗਿਲ ਨਾਥ ਮਹਾਰਾਜ ਜੀ ਹਿੰਮ ਕੇ ਸਹੀ ਕਰਦਾ ਅੱਜ ਕੇ ਮਾੜੇ ਲਾਈਵ ਵਾਲੇ ਕੈਮਰਾ ਤੇ ਜ਼ਰੂਰ ਬਣ ਕੇ ਜੇ ਜਿਹੜੇ ਵੀ ਲਾਈਵ ਵਾਲੇ ਕੈਮਰੇ ਦੇ ਉੱਤੇ ਆਪਣਾ ਜੀ ਰੈਫਰੀ ਵੀ ਜਿਹੜੇ ਜ਼ਰੂਰ ਧਰਕੇ ਫਿਰ ਆਓ ਬੜੀ ਵਧੀਆ ਕੁਸ਼ਤੀ ਇਸ ਸਮੇਂ ਮੈਦਾਨ ਦੇ ਵਿੱਚ ਹਰ ਰਾਜੀ ਦੇ ਆ ਜਾਓ ਮਰਦਾਨਾ ਪਹਿਲਵਾਨ ਮਿਰਜ਼ਾ ਇਰਾਨ ਔਰ ਦੂਸਰੇ ਪਾਸੇ ਪ੍ਰਿੰਸ ਸ਼ਗਵਾਲ ਵੀ ਧਰਕੇ ਦਾ ਖੂਨ ਅਵਾਰੇ ਮਾਰਦਾ ਤੇ ਫਰਕ ਨਾ ਡਾਲੇ ਲਸ਼ ਲਸ਼ ਕਰਨ ਜਵਾਨੀ ਹੈ ਚੌ ਤੂਫਾਨੀ ਘੋੜੇ ਤੀਰ ਕਮਾਨੇ ਛੁੱਟ ਕੇ ਹੁਣ ਕਿਹੜਾ ਮੇਰੇ ਕਹਿੰਦਾ ਬਹਿ ਕੇ ਗੱਲ ਮਨਾ ਲਈਏ ਸੂਰੀ ਤੇ ਤੰਗੀ ਦਾ ਨਹੀਂ ਹੁੰਦਾ ਬਹਿ ਕੇ ਗੱਲ ਮੰਗਾ ਲਈਏ ਸੂਰੀ ਤੇ ਤੰਗੀ ਦਾ ਨਹੀਂ ਹੁੰਦਾ ਇਹ ਲੋਕੀ ਗਲਤ ਅੰਦਾਜ਼ਾ ਲਾ ਲੈਂਦੇ ਬਹੁਤਾ ਖੰਗੀ ਦਾ ਨਹੀਂ ਹੁੰਦਾ ਜਿਸ ਗਲੀ ਚ ਹੁਣ ਸੱਜਣ ਵੱਸਦੇ ਉਸ ਗਲੀ ਚ ਬਹੁਤਾ ਲੰਗੀ ਦਾ ਨਹੀਂ ਹੁੰਦਾ ਸਦਮਾ ਵਾਲਿਆ ਯਾਰੀ ਟੁੱਟ ਹੀ ਜਾਂਦੀ ਏ ਜੇ ਟੁੱਟ ਜਾਵੇ ਯਾਰੀ ਭੰਡੀ ਦਾ ਨਹੀਂ ਹੁੰਦਾ ਸਾਡੇ ਬਹੁਤੀ ਸਤਿਕਾਰ ਜਗ੍ਹਾ ਆਰਵੀਐਸ ਚੱਕਰ ਵੀ ਸਾਡੇ ਪ੍ਰਧਾਨ ਸਾਹਿਬ ਛੇਵਾਂ ਸਾਹਿਬ ਉਹਨਾਂ ਦਾ ਵੱਡਾ ਧੰਨਵਾਦ ਹੈ ਵੱਡਾ ਮਾਣ ਵੀ ਪੰਜਾਬੀ ਬੋਲਾਂ ਦੀ ਪੈਦਾ ਹੋਇਆ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਕਰਦੇ ਹਾਂ ਇਸ ਸਮੇਂ ਵਿੱਚ ਮੈਂ ਕਾਰ ਦਿੱਤਾ ਕੌਣ ਹਰਦਾ ਇਹਨਾਂ ਪਹਿਲਵਾਨਾਂ ਦੇ ਮੇਰੇ ਪਿਆਰ ਕਹਿੰਦਾ ਬਹੁਤਿਆਂ ਸਿਆਣਿਆਂ ਨੂੰ ਹੰਕਾਰ ਮਾਰ ਜਾਂਦਾ ਏ ਮਾਰੇ ਬੰਦੇ ਉੱਤੇ ਟੀਟਾ ਇਤਵਾਰ ਮਾਰ ਜਾਂਦਾ ਏ ਕਰੋਗੇ ਪੂਰੇ ਤਾਂ ਹੋਣਗੇ ਉਹ ਮੰਜੇ ਬੱਚਿਆਂ ਨੂੰ ਸਕਸੈਸ ਨਾ ਮਿਲੇ
ਜਿਨ੍ਹਾਂ ਦੇ ਇਤਿਹਾਸ ਵਿੱਚ ਨਾਂ ਹੋਣਗੇ ਕਾਲੜਾ ਸੱਤ ਦੱਸੇ ਨਹੀਂ ਪੈਂਦੀ ਕਾਲੜੀ ਕਿਤੇ ਜਾ ਕੇ ਨਿਆਂ ਦੀ ਪਿੱਛੇ ਪਰੇ ਦੇ ਪੰਜ ਵਿੱਚ ਨੂੰ ਅਗੇ ਇਸੇ ਤਰ੍ਹਾਂ ਦੋਨੋਂ ਮਨ ਵਿੱਚ ਪਲੀਜ਼ ਪਲੀਜ਼ ਕਹਿੰਦੇ ਨਾ ਚਾਹੁੰਦਿਆ ਹੋਇਆ ਅੱਗ ਵੀ ਚਿੱਠਣੇ ਪੈਂਦੇ ਨੇ ਨਾ ਚਾਹੁੰਦਿਆ ਹੋਇਆ ਅੱਗ ਵੀ ਚਿੱਠਣੇ ਪੈਂਦੇ ਨੇ ਚੱਕੇ ਹੋਏ ਹਥਿਆਰ ਵੀ ਸਿੱਧਣੇ ਪੈਂਦੇ ਨੇ ਆਸਾਨੀ ਨਾਲ ਮੰਜ਼ਿਲ ਨਹੀਂ ਮਿਲਦੀ ਮੰਜ਼ਿਲ ਪਾਉਣ ਲਈ ਬੜੇ ਨਿਸ਼ਾਨੇ ਮਿੱਥਣੇ ਪੈਂਦੇ ਨੇ ਸਦਮਾ ਵਾਲਿਆ ਰਸਤੇ ਹੁੰਦੇ ਕੱਚਿਆਂ ਘਰਾਂ ਵਰਗੇ ਕੋਈ ਇੱਕ ਵਾਰੀ ਨਹੀਂ ਕਈ ਵਾਰੀ ਨਿੱਤਣੇ ਪੈਂਦੇ ਨੇ ਇੱਕ ਵਾਰੀ ਨਹੀਂ ਕਈ ਵਾਰੀ ਨਿੱਤਣੇ ਪੈਂਦੇ ਨੇ ਰਾਜੂ ਵਾਲੀ ਗੁੱਸੀ ਦਾ ਬਾਕੀ ਹੈ ਜੀ ਮਿੰਟ ਦੇ ਵਿੱਚ ਵੇਟ ਕਰੋ ਰਾਜੂ ਦੇ ਬਲਵਨ ਅੱਜ ਦੀ ਗੁੱਸੀ ਦਾ ਦੋ ਮਿੰਟ ਦਾ ਸਮਾਂ ਜਿਹੜਾ ਬਾਕੀ ਹੈ ਕਹਿੰਦਾ ਜਾਗ ਦੀ ਅੱਖ ਨਾਲ ਵੇਖੋ ਸਿੱਖ ਨੇ ਹਿੰਮਤ ਕਰੋਗੇ ਪੂਰੇ ਤਾਂ ਹੋਣਗੇ ਇਹ ਮੰਜੇ ਦੇ ਪਿਆਂ ਨੂੰ ਸਕਸੈਸ ਨਾ ਮਿਲੇ ਉਤਮੀਆਂ ਦੇ ਇਤਿਹਾਸ ਵਿੱਚ ਨਾ ਹੋਣਗੇ ਘਾਲਣਾ ਸਖਤ ਸੋਨੀ ਪੈਂਦੀ ਘਾਲਣੀ ਫੇਰ ਕਿਤੇ ਜਾ ਕੇ ਇਹਨੇ ਆਉਂਦੀ ਦੁਨੀਆ ਮੇਰ ਭਾਵੇਂ ਸੱਚ ਹਰ ਇਹ ਵੀ ਕਰਦੇ ਪਰ ਚਿੱਟਿਆ ਨਾ ਫੇਟੋ ਖਿਚਾਉਂਦੀ ਦੁਨੀਆ ਇਹ ਮੇਰ ਭਾਵੇਂ ਸੱਚ ਹਰ ਇਹ ਵੀ ਕਰਦੇ ਪਰ ਚਿੱਟਿਆ ਨਾ ਫੇਟੋ ਸਿੱਧੂ ਸਾਹਿਬ ਕਰਾਉਂਦੀ ਦੁਨੀਆ ਵਾਹ ਵੀ ਵਾਹ ਜਸੂ ਇਹ ਦੁਨੀਆ ਦੇ ਰੰਗ ਵਾਲੇ ਦੋਨੇ ਕੁਸ਼ਤੀਆਂ ਪੁਆਇੰਟਾਂ ਦੇਖ ਲੋ ਤਾੜੀਆਂ ਲਾ ਗਏ
ਵੀ ਬਰਾਬਰ ਰਹਿੰਦੀ ਹੈ, ਜੋੜ ਬਰਾਬਰ ਨਹੀਂ ਹੋਵੇ। ਬਾਕੀ ਇਹ ਮਾਰੇ ਹਰ ਰੋਜ਼ ਕਰੀਏ ਵੀ ਟਰੈਕਟਰ ਚੋਟੀਆਂ ਗੱਡੀਆਂ ਹੁੰਦੀਆਂ ਜਿਹੜੇ ਐਕਸੀਡੈਂਟ ਖੇਤਰ ਦੇ ਵਿੱਚ ਕਰ ਰਹੇ ਆ। ਇਹ ਵੱਡਾ ਮਾਣ ਹੈ ਸਾਡੇ ਗੌਰਵ ਨਾਲ, ਗੌਰਵ ਨਾਗਰਾਜ ਜੀ ਸਾਡੇ ਭਾਜੀ ਐਡਵੋਕੇਟ ਸਾਹਿਬ ਲੈਰੇ ਮੁਕੋਟੇ ਨਾਲੇ ਜਿਹੜੀ ਸੰਗਤ ਹਾਲੇ ਤੱਕ ਰੱਖੀ ਹੋਈ ਹੈ ਸਾਡੇ ਸਿੰਧੀ ਜ਼ਮੀਰਾਂ ਵੱਲੋਂ ਸਾਰੇ ਕਲੱਬ ਦੇ ਵੱਲੋਂ ਇੱਥੇ ਪੁੱਜਣ ਦੇ ਵੱਡਾ ਪ੍ਰਵਾਦ ਹੈ। ਜੀ ਆਨ ਰੱਖਦੇ ਪਰਮਾਤਮਾ ਮੇਹਰ ਕਰੇ ਵੀ ਇੱਦਾਂ ਹੀ ਅਗਲੇ ਸਾਲ ਵੀ ਆਪਾਂ ਮਿਲੀਏ ਤਾਂ ਅੱਜਲੇ ਪਾਸੇ ਮਿਲ ਜਾਂਦੇ ਕੁਸ਼ਤੀ ਦੇ ਵਧੀਆ ਲੱਗ ਰਹੀ ਹੈ ਤਾੜੀ ਤਾਂ ਮਾਰੇ ਜੇ ਨਹੀਂ ਮਜ਼ਾ ਆਇਆ ਬਸ਼ੱਕ ਦੀ ਤਾੜੀ ਨਾਲ ਮਿਰਜ਼ਾ ਪਹਿਲਾਂ ਜਿਹੜਾ ਸਨਮਾਨ ਲਏ ਮਿਰਜ਼ਾ ਇਰਾਨ ਸਾਹਿਬ ਭੁੱਖੇ ਬਣੇ ਆ ਪਹਿਲਵਾਨ ਮਿਰਜ਼ਾ ਇਰਾਨ ਜੀ ਸਨਮਾਨ ਲੈ ਕੇ ਮਿਰਜ਼ਾ ਪਹਿਲਵਾਨ ਜੀ ਹੈ ਸਨਮਾਨ ਲੈ ਲਈ ਬੜਾ ਵਧੀਆ ਮੁਕਾਬਲਾ ਐਸੇ ਭਲਾਨ ਜੀ ਮਾੜੇ ਘੁੰਮ ਕੇ ਵੀ ਤੁਸੀਂ ਮਾੜੇ ਪਰਮੇ ਦੱਸ ਰਹੇ ਹੋ ਕਹਿੰਦਾ ਬਦਾਮ ਖਾਧਿਆ ਜੇ ਕਰੇ ਉਹ ਨੀ ਅਕਲਾ ਉੱਥੇ ਹਰ ਕੋਈ ਅਕਲ ਮੰਦ ਹੁੰਦਾ ਬਹੁਤ ਵਧੀਆ ਮੁਕਾਬਲਾ ਇਸ ਸਮੇਂ ਦੇਖੋ ਪਿਆਰ ਵੀ ਉੱਤੇ ਪਿਆਰ ਫਿਰਦਾ ਇਹਨਾਂ ਪਹਿਲਵਾਨਾਂ ਦਰਮਿਆਨ ਇਹਨਾਂ ਨੌਜਵਾਨਾਂ ਦਰਮਿਆਨ ਬਹੁਤ ਵਧੀਆ ਮੁਕਾਬਲਾ ਚੱਲ ਰਿਹਾ ਕੁਸ਼ਤੀ ਦਾ ਕਹਿੰਦਾ ਜੇ ਤੁਹਾਡੇ ਸਿਰਾਂ ਤੇ ਪਾ ਸਕਦੇ ਹਾਰਿਆਂ ਦੇ ਪੈਰਾਂ ਵਿੱਚ ਬੇੜੀਆਂ ਅਰਖਾਂ ਦਾ ਖੂਨ ਸਗਾ ਮਾਰਦਾ ਉਬਾਲੇ ਚੱਲਿਆ ਜਿੱਤਣੀਆਂ ਦਸ ਦਿਨ ਸੇੜੀਆਂ ਕਿ ਸੂਰਮੰਗ ਦੀ ਪਰਿਭਾਸ਼ਾ ਵੇਖੀਏ ਇੱਕੋ ਗੱਲ ਸਾਂਝੀ ਚਾਹੁੰਦਿਆਂ ਦੇ ਰਾਜ ਦੀ ਸੂਈ ਤੇ ਤਰੀਕ ਰੱਖ ਦਿੰਦੇ ਸੋਚਣੀ ਦੂਜੀ ਡੂਮ ਛੇੜੀ ਆਦਮੀ ਹਿੰਦੀ ਬਾਜ ਦੀ ਸੂਈ ਤੇ ਤਰੀਕ ਰੱਖ ਦਿੰਦੇ ਸੋਚਣੀ ਆਪ ਤੇ ਪਾਰ ਦੀ
ਗੱਲ ਹੋਵੇਗੀ ਇੱਕ ਪਾਸੇ ਅਜੇ ਦਾਰਨ ਬਾਰਾ ਪਹਿਲਵਾਨ ਗੁਰਦੇਵ ਪਹਿਲਵਾਨ ਜੀ ਦਾਰਨ ਬਾਰੇ ਉਹਨਾਂ ਦੇ ਸ਼ਿਗਰਦ ਹੈ ਪਰ ਦੂਸਰੇ ਪਾਸੇ ਰਾਜੂ ਹੈ ਔਰ ਰਾਈਏ ਨਾਲ ਦੀ ਕਿਸ਼ਤੀ ਮੇਰੇ ਨਗਰ ਦੇ ਵਿੱਚ ਬਹੁਤ ਅਖਾੜਾ ਚੱਲਦਾ ਬਾਬਾ ਦੀਪ ਸਿੰਘ ਜੀ ਕਿਸ਼ਤੀ ਕਾੜਾ ਰਾਈਏ ਵਾਲਾ ਜਿੱਥੇ ਮੇਰੇ ਪਹਿਲਵਾਨ ਪਹਿਲਵਾਨ ਦੇ ਚੱਲਦੇ ਹੈਰੀ ਪਹਿਲਵਾਨ ਵੀ ਸਰਕਸ ਦੇ ਵਿੱਚ ਇਹ ਨੌਜਵਾਨ ਔਰ ਰਾਜੂ ਹੈ ਔਰ ਦੂਸਰੇ ਪਾਸੇ ਅਜੇ ਪਹਿਲਵਾਨ ਹੈ ਵਾਰ ਦੀ ਪ੍ਰਤੀ ਦਾ ਬੜਾ ਸੋਹਣਾ ਮੁਕਾਬਲਾ ਹੈ ਇਹਨਾਂ ਪਹਿਲਵਾਨਾਂ ਦੇ ਵਿਵਹਾਰ ਦੇਖੋ ਕੌਣ ਇੱਥੇ ਫਿਰਦਾ ਕਹਿੰਦਾ ਇਹ ਵੀ ਨੇ ਦਿੱਤੀ ਅਸਲਾਂ ਨੇ ਉੱਠ ਕੇ ਕਹਿੰਦਾ ਇਹ ਤੂੰ ਝੰਡੀ ਨਾਲ ਲਗਾਉ ਪੁੱਟ ਕੇ ਇਹ ਮਿਹਨਤ ਤੇ ਮਾਣ ਦਾ ਹੰਕਾਰ ਵਾਲਦਾ ਹੈ ਸੋਨੀ ਪਰੇ ਭਾਂਡੇ ਲਈ ਆਵਾਜ਼ ਕਰਦੇ ਇਹ ਕਿਸਮਤ ਮਾਰ ਦਿੱਤਾ ਜੱਜ ਵੱਖਰੀ ਹੁਣ ਜਿਹੜੀ ਕਲੇਲਾ ਨਾਲ ਬਾਜ ਕਰਦੇ ਉਹ ਕਿਸਮਤ ਮਾਰ ਦੇ ਗੱਲ ਵੱਖਰੀ ਕਹਿੰਦਾ ਕੰਮ ਕਰਦੇ ਪੀਲੀ ਦਾ ਦੱਸੀ ਬਾਈ ਕਹਿੰਦਾ ਕੱਜ ਲੋਕੀ ਕੰਮ ਕਰਦੇ ਪੀਲੀ ਦਾ ਉਂਜ ਨਾਲ ਰਹਿੰਦੇ ਟੱਕਰ ਦੇ ਪਤੀਲੀ ਦਾ ਉਹ ਲਾਂਬੂ ਲਾ ਕੇ ਹੋਰਾਂ ਦੇ ਆਪ ਨਜ਼ਾਰੇ ਚੱਖਦੇ ਆ ਉਹ ਮੈਂ ਕਿਹਾ ਬੱਜ ਕੇ ਰਿਹਾ ਪਰ ਉਹਨਾਂ ਲੋਕਾਂ ਦੇ ਜਿਹੜੇ ਅੱਗ ਲਾ ਕੇ ਦੱਬੀ ਕੰਧ ਤੇ ਰੱਖਦੇ ਆ ਮੈਂ ਕਿਹਾ ਬੱਜ ਕੇ ਰਿਹਾ ਪਰ ਉਹਨਾਂ ਲੋਕਾਂ ਤੋਂ ਜਿਹੜੇ ਅੱਗ ਲਾ ਕੇ ਦੱਬੀ ਕੰਧ ਤੇ ਰੱਖਦੇ ਹਾਂਜੀ ਬਲਵੰਤ ਜੀ ਸੁਣੀ ਬਜੀ ਬਜੀ ਸੰਨੀ ਭਾਜੀ ਮੜਾ ਸਿੰਘ ਜੀ ਕਰ ਰਹੀ ਹੈ ਇੱਕ ਵਾਰ ਚਲਾਣਾ ਲੈਣਾ ਗੁਰੂ ਮਾਲੇ ਦਾ ਸਾਰੀ ਸੰਗਤ ਨੇ ਸਾਥ ਪਾਉਣੀ ਆ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ